मेरा जन्म जिला जलंधर तहसील फलौर के निके जे पिंड टंडवाड़ 20 अगस्त 1939 नूं होया। मेरे पिता सरदार बतन सिंह मडाहर ते माता प्रसिन्नी, असीं 6 भैण भाई से, 4 भैणां ते 2 भरा से। ते सब भी हुण कल्ला मैं कलौता ही इस संसार ते हैगा। साढ़े पिंड की सब तो वड्डी खासियत जिहड़ी मैनूं नज़र आउंदी आ ਉਹ ਭਾਈਚਾਰਕ ਤਾਲਮੇਲ ਦੀ, ਆਪਸੀ ਸਹਿ ਹੋਣ ਦੀ, ਸ਼ਾਂਤੀ ਪਸੰਦੀ ਦੇ ਨਾਲ ਇੱਕ ਦੂਜੇ ਦੇ ਨਾਲ ਰਹਿਣ ਦੀ ਅਤੇ ਮਿਲਣ ਵਰਤਣ ਦੀ ਲੱਗਦੀ ਹੈ। ਸਾਡੇ ਪਿੰਡ ਵਿੱਚ ਲਗਭਗ ਸਾਰੀਆਂ ਪ੍ਰਮੁੱਖ ਬਰਾਦਰੀਆਂ, ਹਿੰਦੂ, ਮੁਸਲਮਾਨ, ਸਿੱਖ, ਦਲਿਤ ਭਾਈ ਅਤੇ ਹੋਰ ਬਹੁਤੀਆਂ ਜ਼ਾਤਾਂ ਦੇ ਬੰਦੇ ਰਹਿੰਦੇ ਸੀ ਇਕੱਠੇ। ਅਤੇ ਜਿੱਦਾਂ ਹੁਣ ਮੇਰੇ ਮਨ ਵਿੱਚ ਸਾਰਿਆਂ ਨਾਲੋਂ ਜਿਹੜੀ ਮਹੱਤਵਪੂਰਨ ਗੱਲ ਆਪਣੇ ਪਿੰਡ ਬਾਰੇ ਆਉਂਦੀ ਆ, ਉਹ 1947 ਦੇ ਵਿੱਚ ਜਿਸ ਵੇਲੇ ਮੇਰੀ ਉਮਰ ਲਗਭਗ 8 ਸਾਲ ਦੀ ਸੀ, ਪੰਜਾਬ ਵੰਡਿਆ ਗਿਆ ਹਿੰਦੁਸਤਾਨ ਅਤੇ ਪਾਕਿਸਤਾਨ ਵਿੱਚ। ਪੰਜਾਬ ਦੇ ਬਹੁਤੇ ਪਿੰਡਾਂ 'ਚ ਜਿਨ੍ਹਾਂ ਵਿੱਚ ਮੁਸਲਮਾਨ ਭਾਈਚਾਰਾ ਕਾਫੀ ਗਿਣਤੀ 'ਚ ਰਹਿੰਦਾ ਸੀ, ਕਾਫੀ ਦੰਗੇ ਫਸਾਦ, ਲੜਾਈ ਝਗੜੇ, ਲੁੱਟਮਾਰ ਹੋਈ। ਪਰ ਮੈਨੂੰ ਮਾਣ ਆ ਆਪਣੇ ਪਿੰਡ 'ਤੇ ਕਿ ਸਾਡੇ ਪਿੰਡ ਕਿਸੇ ਕਿਸਮ ਦੀ ਕੋਈ ਹਿੰਸਕ ਘਟਨਾ ਨਹੀਂ ਵਾਪਰੀ। ਸਾਡੇ ਪਿੰਡ ਦੇ ਸਿਰਫ 2 ਪਰਿਵਾਰ, ਇੱਕ ਗੁਲਾਮੇ ਤੇਲੀ ਦਾ ਅਤੇ ਦੂਸਰਾ ਨਿਆਮਤ ਭਰਾਈ ਦਾ, ਆਪਣੀ ਮਰਜ਼ੀ ਨਾਲ ਪਾਕਿਸਤਾਨ ਹਿਜਰਤ ਕਰਕੇ ਗਏ। ਪਿੰਡ ਦੇ ਬੰਦਿਆਂ ਨੇ ਬਹੁਤ ਉਹਨਾਂ ਨੂੰ ਕਿਹਾ ਕਿ ਤੁਸੀਂ ਜਾਓ ਨਾ, ਪਰ ਉਹਨਾਂ ਦੀ ਆਪਣੀ ਸੁਤੰਤਰ ਚੋਣ ਸੀ। ਅਤੇ ਮੈਨੂੰ ਇਹ ਦੱਸਦਿਆਂ ਵੀ ਖੁਸ਼ੀ ਹੋ ਰਹੀ ਹੈ ਕਿ ਹੁਣ ਵੀ ਸਾਡੇ ਪਿੰਡ ਵਿੱਚ ਲਗਭਗ 1/4 ਮੁਸਲਮਾਨ ਭਾਈਚਾਰੇ ਦੇ ਲੋਕ ਰਹਿੰਦੇ ਆ। ਅਤੇ ਸ਼ੁਰੂ ਵਿੱਚ ਜੇ ਮੈਂ ਆਪਣੇ ਬਚਪਨ ਦੇ ਦੋਸਤਾਂ ਦੀ, ਜਿਨ੍ਹਾਂ ਦੇ ਨਾਲ ਜ਼ਿੰਦਗੀ ਭਰ ਮੇਰੀ ਨਿਭੀ ਆ, ਮੈਂ ਗੱਲ ਕਰਾਂ, ਉਹਨਾਂ ਦੇ ਵਿੱਚ ਇੱਕ ਪੰਡਿਤ ਜਗਦੀਸ਼ ਸ਼ੁੱਧ ਬ੍ਰਾਹਮਣ ਅਤੇ ਰਮੇਸ਼ ਸ਼ੌਕਤ, ਜਿਹਦਾ ਨਾਂ ਉਹਨੇ ਆਪਣਾ ਮਗਰਾਉਣੀ ਬਦਲ ਕੇ ਸ਼ੌਕਤ ਟੰਡਵਾੜ ਵੀ ਰੱਖ ਲਿਆ। ਉਹ ਬੜੀ ਖੂਬਸੂਰਤ ਗਜ਼ਲ ਵੀ ਲਿਖਦਾ ਹੁੰਦਾ ਸੀ। ਮਿਸਾਲ ਦੇ ਤੌਰ 'ਤੇ ਮੈਂ ਉਹਦੇ 2 ਸ਼ੇਰ ਤੁਹਾਨੂੰ ਸੁਣਾਉਣਾ ਮੇਰੇ ਮਨ 'ਚ ਆ। ਇੱਕ ਤਾਂ ਸਾਦਾ ਜਿਹਾ ਲਫ਼ਜ਼ ਆ ਕਿ ਧੁੱਪਾਂ ਸਿਖਰ ਦੁਪਹਿਰ ਦੀਆਂ ਬਹੁਤਾ ਚਿਰ ਨਹੀਂ ਠਹਿਰਦੀਆਂ, ਕਿ ਜੇ ਤੁਹਾਡੇ ਉੱਤੇ ਕੋਈ ਵਕਤ ਪੈ ਵੀ ਜਾਵੇ, ਜਿੱਦਾਂ ਦੁਪਹਿਰ ਦੀ ਧੁੱਪ ਇੱਕ ਪਲ ਭਰ ਲਈ ਹੁੰਦੀ ਆ ਫਿਰ ਢਲ ਜਾਂਦੀ ਆ, ਇੱਦਾਂ ਉਹ ਵਕਤ ਵੀ ਲੰਘ ਜਾਂਦਾ। ਫਿਰ ਦੂਸਰਾ ਸ਼ੇਰ, ਅੱਜ ਦਿਲਕਸ਼ੀ ਹੈ ਅੱਜ ਕੱਲ੍ਹ ਮਾਹੌਲ ਅੰਦਰ, ਹਨੇਰੀ ਵੀ ਚੱਲ ਰਹੀ ਹੈ ਅਤੇ ਦੀਵੇ ਵੀ ਬਲ ਰਹੇ ਹਨ। ਹਨੇਰੀ ਦੇ ਵਿੱਚ ਦੀਵਾ ਬਲਦਾ ਨਹੀਂ ਹੁੰਦਾ, ਇਹ ਉਹਨਾਂ ਵੇਲਿਆਂ ਦੇ ਬਾਰੇ ਲਿਖਿਆ ਉਹਦਾ ਸ਼ੇਰ ਆ, ਜਿਸ ਵੇਲੇ ਪੰਜਾਬ ਦੇ ਵਿੱਚ ਖਾਲਿਸਤਾਨੀ ਲਹਿਰ ਜ਼ੋਰਾਂ 'ਤੇ ਸੀ ਔਰ ਉਸਦੇ ਵਿੱਚ ਸੰਪਰਦਾਇਕ ਹਿੰਸਾ ਜਿਹੜੀ ਹੈ ਨਾ ਕਾਫੀ ਜ਼ਿਆਦਾ ਵਾਪਰ ਰਹੀ ਸੀ। ਅਤੇ ਜਿਹੜੇ ਲੋਕ ਗੱਲ ਕਰਦੇ ਸੀ ਸੰਪਰਦਾਇਕਤਾ ਤੋਂ ਉੱਪਰ ਉੱਠ ਕੇ, ਸੈਕੂਲਰ ਸੋਚ ਵਾਲੇ ਬੰਦੇ ਸੀ, ਉਹਨਾਂ ਨੂੰ ਜਾਂ ਜੇ ਮੈਂ ਇਹ ਕਹਾਂ ਜਿਹੜੇ ਲੋਕ ਉਹਨਾਂ ਦੀ ਸੋਚ ਨਾਲ ਸਹਿਮਤ ਨਹੀਂ ਸੀ, ਬੇਸ਼ੱਕ ਉਹ ਅਕਾਲੀ ਸੀ, ਕਾਂਗਰਸੀ ਸੀ, ਕਮਿਊਨਿਸਟ ਸੀ, ਮੇਰੇ ਵਰਗੇ ਅਗਾਂਹ ਵਾਧੂ ਲੋਕ ਸੀ, ਸੈਕੂਲਰ ਸੀ, ਉਹਨਾਂ ਸਾਰਿਆਂ ਨੂੰ ਬੜਾ ਮਤਲਬ ਦੁੱਖ ਤਕਲੀਫ ਉੱਤੇ ਮਤਲਬ ਜਰਨਾ ਪਿਆ। ਇਸ ਸ਼ੇਰ ਦੇ ਨਾਲ ਮੈਨੂੰ ਬੜੀ ਮੁਹੱਬਤ ਆ, ਗੋ ਮੈਂ ਜਿਸ ਵੇਲੇ ਇੱਧਰ ਸੀ ਉਹ ਉਹਨਾਂ ਨੇ ਇਹ ਮਗਰੋਂ ਲਿਖਿਆ। ਇੱਦਾਂ ਹੀ ਖੱਤਰੀਆਂ ਦੇ ਭਾਈਚਾਰੇ ਨਾਲ, ਰਾਮਗੜੀਆਂ ਦੇ ਭਾਈਚਾਰੇ ਦੇ ਕੁਛ ਬੰਦਿਆਂ ਦੇ ਨਾਲ ਮੇਰਾ ਆਪਸ ਵਿੱਚ ਸਹਿਚਾਰ ਸੀ ਔਰ ਉਹ ਸਹਿਚਾਰ ਉਹਨਾਂ ਦੀ ਸੰਤਾਨ ਨਾਲ ਵੀ ਆ। ਮੈਂ ਜਦ ਕਦੇ ਹੁਣ ਪਿੰਡ ਜਾਂਦਾ ਤੁਸੀਂ ਹੈਰਾਨ ਹੋਵੋਗੇ, ਮੈਨੂੰ ਇੱਥੇ ਆਏ ਨੂੰ ਲਗਭਗ 30-31 ਸਾਲ ਹੋ ਗਏ ਆ, ਅਤੇ ਮੈਂ ਪਿੰਡੋਂ, ਸਾਨੂੰ 1955 ਦਾ ਨਿਖੜਿਆ ਹਾਂ, ਕਿਉਂਕਿ 1955 'ਚ ਮੈਂ 10ਵੀਂ ਪਾਸ ਕੀਤੀ, ਫਿਰ ਮੈਂ ਫੁਆੜੇ ਦੇ ਨੇੜੇ ਇੱਕ ਪਿੰਡ ਚਾਚੋਕੀ ਆ ਉੱਥੇ ਆ ਕੇ ਰਿਹਾ, ਅਤੇ ਕਦੀ ਕਦਾਈਂ ਪਿੰਡ ਜਾਂਦਾ ਹੁੰਦਾ ਸੀ। ਫਿਰ ਲੁਧਿਆਣੇ ਮੈਂ ਪੜ੍ਹਿਆ ਅਤੇ ਬਾਹਰੇ ਨੌਕਰੀਆਂ ਕੀਤੀਆਂ, ਪਰ ਹਾਲੇ ਵੀ ਪਿੰਡ ਨਾਲ ਮੁਹੱਬਤ, ਪਿੰਡ ਬੜੀ ਚੀਜ਼ ਆ, ਪਿੰਡ ਦੇ ਨਾਲ ਜਿਹੜਾ ਮੋਹ ਮੁਹੱਬਤ ਦਾ ਰਿਸ਼ਤਾ ਉਹ ਸਾਰੇ ਪਿੰਡ ਨਾਲ ਹੀ ਸਾਂਝਾ। ਹਾਲੇ ਵੀ ਫਰਜ਼ ਕਰੋ ਮੈਂ ਜੇ ਪਿੰਡ ਜਾਵਾਂ ਅਤੇ ਮੈਂ ਨਵੀਂ ਸੰਤਾਨ ਦੇ ਜਿਹੜੇ ਬੱਚੇ ਆ ਉਹਨਾਂ ਦੇ ਮੜੰਗੇ ਤੋਂ ਪਛਾਣ ਲੈਂਦਾ ਵੀ ਕਿਹੜੇ ਟੱਬਰ ਦਾ ਧੀ ਪੁੱਤ ਹੈ। ਅਤੇ ਮੇਰੀ ਨਾਲ ਵੀ ਲੋਕਾਂ ਦੀ ਇੰਨੀ ਮੁਹੱਬਤ ਆ, ਖਾਸ ਕਰਕੇ ਮੁਸਲਮਾਨ ਭਾਈਚਾਰੇ ਦੇ ਜਿਹੜੇ ਬੱਚੇ ਆ ਨਾ, ਉਹ ਮੇਰੇ ਨੇੜੇ ਇਸ ਕਰਕੇ ਬਹੁਤੇ ਆ ਜਾਂਦੇ ਆ ਕਿ ਜੀ ਤੁਸੀਂ ਸ਼ੌਕਤ ਟੰਡਵਾੜ ਵੀ ਦੇ ਦੋਸਤ ਆ। ਅਤੇ ਦੂਜੀ ਸਿਫਤ ਜਿਹੜੀ ਸਾਡੇ ਪਿੰਡ ਦੀ ਮੈਨੂੰ ਲੱਗਦੀ ਆ ਉਹ ਇਹ ਆ ਕਿ ਸਾਡੇ ਪਿੰਡ ਦੇ ਵਿੱਚ ਬੇਸ਼ੱਕ ਦੂਰ ਦੁਰਾਡੇ ਵੱਸਦਾ ਸੀ, ਸਕੂਲ ਜਿਹੜਾ ਪ੍ਰਾਇਮਰੀ ਸਕੂਲ DAV ਪ੍ਰਾਇਮਰੀ ਸਕੂਲ ਟੰਡਵਾੜ, ਸਾਡੇ ਪਿੰਡ ਬਹੁਤ ਪੁਰਾਣਾ, ਕਿਤੇ 250 ਤੋਂ ਵੀ ਬਹੁਤ ਪੁਰਾਣਾ, ਅਤੇ ਗੁਆਂਢੀ ਪਿੰਡ ਵੀ ਦੋ ਪਿੰਡਾਂ ਦੇ ਤਾਂ ਮੁੱਖ ਤੌਰ 'ਤੇ ਮਤਫਲੂਆਂ ਅਤੇ ਚੀਮਾ ਕਲਾਂ ਦੇ ਜਿਹੜੇ ਬੱਚੇ ਸੀ ਸਾਡੇ ਪਿੰਡ ਪੜ੍ਹਨ ਆਉਂਦੇ ਸੀ।
ਅਤੇ ਕੁਛ ਮੈਂ ਕਹੂੰਗਾ ਵੀ ਮਹਾਜਨੀ ਪਰਿਵਾਰ ਦੀ ਬਹੁਤ ਸੰਮਤੀ ਕਰਕੇ ਨਾ ਸਾਡੇ ਪਿੰਡ ਪੜ੍ਹਨ ਲਿਖਣ ਦੀ ਜਿਹੜੀ ਪਰੰਪਰਾ ਉਹ ਬਹੁਤ ਪ੍ਰਾਚੀਨ ਆ। ਮੇਰੇ ਬਜ਼ੁਰਗਾਂ ਦੇ ਵਿੱਚ ਵੀ ਮੈਨੂੰ ਡਾਕਟਰ ਗਿਆਨ ਚੰਦ ਦਾ ਪਤਾ, ਖੱਤਰੀ ਪਰਿਵਾਰ ਸੀ, ਅਤੇ ਸਾਡੇ ਪਿੰਡ ਮੈਨੂੰ ਮਗਰੋਂ ਨਹੀਂ ਦੱਸਿਆ ਗਿਆ ਕਿ 1932-33 ਦੇ ਵਿੱਚ ਇੱਕ ਨੌਜਵਾਨ ਸੰਤਾ ਸਿੰਘ ਲਾਹੌਰ ਉੱਚੀ ਵਿੱਦਿਆ ਪ੍ਰਾਪਤ ਕਰਨ ਗਿਆ, ਪਰ ਉਮਰ ਨੇ ਉਹਦਾ ਸਾਥ ਨਹੀਂ ਦਿੱਤਾ, ਅਤੇ ਮੈਂ ਉਹਦੀਆਂ ਸੰਤਾ ਸਿੰਘ ਦੀਆਂ ਬਹੁਤ ਗੱਲਾਂ ਸੁਣੀਆਂ। ਅਤੇ ਸਾਡੇ ਪਿੰਡ ਦੇ ਪਹਿਲੇ, ਮੈਂ ਤਾਂ ਨੌਜਵਾਨ ਕਹੂੰਗਾ, ਉਹ ਗੁਜ਼ਰ ਗਏ, ਮਾਸਟਰ ਬਿਕਰਮਜੀਤ ਸਿੰਘ ਜੀ ਨੇ ਪਹਿਲੇ ਉਹਨਾਂ MA 1950 ਦੇ ਸ਼ੁਰੂ ਵਿੱਚ ਕੀਤੀ। ਅਤੇ ਪਿੰਡ ਵਿੱਚ ਜਿਵੇਂ ਫਰਜ਼ ਕਰੋ ਨਾ, ਬੱਚਿਆਂ ਨੂੰ ਸਾਰੇ ਪਿਆਰ ਕਰਦੇ ਆ, ਅਤੇ ਮੇਰੀ ਕਿਸਮਤ ਵਿੱਚ ਨਾ ਪਰਿਵਾਰ ਤੋਂ ਬਿਨਾਂ ਵੀ ਪਿੰਡ ਦੇ ਸਾਰੇ ਲੋਕਾਂ ਦੀ ਜਿਹੜੀ ਮੁਹੱਬਤ ਆ ਨਾ, ਉਹ ਮੇਰੇ ਹਿੱਸੇ ਨਾਲ ਬਹੁਤ ਜ਼ਿਆਦਾ ਮੈਨੂੰ ਮਿਲੀ ਆ। ਅਤੇ ਉਹ ਮਾਸਟਰ ਬਿਕਰਮਜੀਤ ਸਿੰਘ ਮੈਨੂੰ ਮਤਲਬ ਉਹਨਾਂ ਨਾਲ ਲਾ ਕੇ ਰੱਖਦੇ ਹੁੰਦੇ ਸੀ, ਤੁਰੇ ਜਾਂਦੇ ਹੀ ਜਿਸ ਵੇਲੇ ਉਹਨਾਂ ਨੇ ਸ਼ਤਰੰਜ ਖੇਡਣੀ ਪੰਡਿਤ ਪਰਸਰਾਮ ਦੇ ਨਾਲ, ਅਤੇ ਮੈਨੂੰ ਐਵੇਂ ਅੰਗਰੇਜ਼ੀ ਬੋਲਣ ਦੀ ਕਨਵਰਸੇਸ਼ਨ ਦਾ ਨਾ ਅੰਗਰੇਜ਼ੀ ਬੋਲਣ ਦਾ ਅਭਿਆਸ ਕਰਾਉਂਦੇ ਰਹਿਣਾ। ਮੈਂ ਕੱਦ ਵਿੱਚ ਨਿੱਕਾ ਜਿਹਾ ਸੀ, ਉਹ ਨੈੱਟ ਦੇ ਉੱਤੇ ਬੋਲੀ ਲਾਉਣ ਨੂੰ ਮਤਲਬ ਖੜ੍ਹਦੇ ਹੁੰਦੇ ਸੀ, ਮੈਨੂੰ ਫਿਰ ਵੀ ਉਹ ਨੈੱਟ 'ਤੇ ਪਿਆਰ ਨਾਲ ਖੜ੍ਹਾ ਕਰ ਲੈਂਦੇ ਸੀ, ਪਤਾ ਨਹੀਂ ਕਿਹੜੀ ਗੱਲ ਕਰਕੇ ਮੈਨੂੰ ਉਹ ਮੁਹੱਬਤ ਨਾਲ ਗਰਦਾਰੀ ਲਾਲ ਕਹਿੰਦੇ ਹੁੰਦੇ ਸੀ। ਸੋ ਇਸ ਕਿਸਮ ਦਾ ਪਿੰਡ ਵਿੱਚ ਭਾਈਚਾਰਾ ਰਿਹਾ, ਅਤੇ ਉਹ ਭਾਈਚਾਰਾ ਹਾਲੇ ਵੀ ਮੈਨੂੰ ਇੱਦਾਂ ਲੱਗਦਾ, ਮੈਂ ਇੱਦਾਂ ਕਹਿੰਦਾ ਹੁੰਦਾ ਕਿ ਲਗਭਗ 7 ਸਮੁੰਦਰੋਂ ਪਾਰ ਮੈਂ ਕਈ ਦੇਸ਼ਾਂ ਵਿੱਚ ਰਿਹਾ, ਕਿਤੇ 1964-65 ਵਿੱਚ ਮੈਂ ਇੰਗਲੈਂਡ 'ਚ ਰਿਹਾ, ਉੱਥੇ ਦਾ ਮੈਂ ਬਕਾਇਦਾ ਪੱਕਾ ਰਿਹਾਇਸ਼ੀ ਸੀ, ਮੇਰਾ ਨਹੀਂ ਚਿੱਤ ਲੱਗਾ, ਮੈਂ ਮੁੜ ਕੇ ਆ ਗਿਆ। ਬਾਅਦ ਵਿੱਚ ਸਵਿਟਰਲੈਂਡ, ਅਮੈਰੀਕਾ, ਇਟਲੀ, ਫਰਾਂਸ, ਕਈਆਂ ਮੁਲਕਾਂ ਦਾ ਪਾਣੀ ਪੀਤਾ, ਹਰ ਦੁਆਬੀ ਨੇ ਉਹਨਾਂ 'ਚ ਠੰਡੇ ਨਹੀਂ ਪੈਂਦੀ ਜਿਸ ਵੇਲੇ 7 ਸਮੁੰਦਰੋਂ ਪਾਰ ਆ ਕੇ ਉਹ ਵੱਖ ਵੱਖ ਧਰਤੀਆਂ ਦੇ ਲੋਕਾਂ ਦੇ ਨਾਲ ਨਹੀਂ ਮਿਲਦਾ ਜੁਲਦਾ। ਪਰ ਫਿਰ ਵੀ ਮੈਂ ਕਹਿੰਦਾ ਕਿ ਪਿੰਡ ਵਿੱਚ ਪਤਾ ਨਹੀਂ ਕੀ ਆ, ਮੈਂ ਕਹਿੰਦਾ ਹੁੰਦਾ ਵੀ ਜਿਸ ਵੇਲੇ ਆਪਣੇ ਪਿੰਡ ਨੂੰ ਮੋੜ ਮੁੜੀ ਦਾ ਨਾ, ਜੇ ਫੁਆਰੇ ਤੋਂ ਮੁਕੰਦਪੁਰ ਵਾਲੀ ਸੜਕ 'ਤੇ ਜਾਈਏ, ਸਾਡੇ ਪਿੰਡ ਨੂੰ ਦੁਬਾਰਾ ਜਿਹੜਾ ਮੋੜ ਆ ਨਾ, ਗੇਟ ਲਗਾਇਆ ਸਰਦਾਰ ਵੀਰ ਸਿੰਘ ਦੀ ਯਾਦਗਾਰ 'ਚ, ਯਾਦ ਵਿੱਚ ਉਹਦੇ ਬੱਚਿਆਂ ਨੇ ਲੁਆਇਆ, ਮੈਂ ਸਾਫ਼ ਸਾਫ਼ ਕਹਿੰਦਾ ਕਿ ਜਿੱਦਾਂ ਚਾਤਰਕ ਨੇ ਲਿਖਿਆ ਨਾ ਵੀ ਦੁਨੀਆ ਸਾਰੀ ਸੋਹਣੀ ਹੈ ਪਰ ਤੇਰਾ ਰੰਗ ਨਿਆਰਾ ਹੈ, ਤੇਰੀ ਮਿੱਟੀ ਦਾ ਕੁੱਲਾ ਵੀ ਸ਼ਾਹੀ ਮਹਿਲਾਂ ਤੋਂ ਪਿਆਰਾ ਹੈ। ਮੈਂ ਸੱਚੀ ਗੱਲ ਕਹਿੰਦਾ ਵੀ ਮੇਰੇ ਮਨ ਦੇ ਵਿੱਚ ਖਿੱਤੇ ਦੀ, ਜ਼ਾਤ ਦੀ, ਧਰਮ ਦੀ ਕੋਈ ਤਮੀਜ਼ ਨਹੀਂ ਹੈ, ਮੈਂ ਵੰਡ ਕੇ ਨਹੀਂ ਦੇਖਦਾ, ਪਰ ਫਿਰ ਵੀ ਜਿਸ ਵੇਲੇ ਮੈਂ ਪਿੰਡਾਂ ਨੂੰ ਮੁੜਦਾ ਉਸ ਪਿੰਡ ਦੀ ਹਵਾ ਹੀ ਹੋਰ ਹੁੰਦੀ ਆ। ਇਹ ਨਹੀਂ ਕਿ ਉਹਦਾ ਮਤਲਬ ਪੌਣ ਪਾਣੀ ਹੋਰ ਹੁੰਦਾ, ਉਹਦੇ ਵਿੱਚ ਮੁਹੱਬਤ, ਜੇ ਫਰਜ਼ ਕਰੋ ਪਹਿਲਾ ਬੰਦਾ ਵੀ ਮਿਲਿਆ ਨਾ, ਹੁਣ ਤੁਹਾਨੂੰ ਫਸਲਾਂ ਬਲੋਈ ਦੇ ਬਗੈਰ ਨਹੀਂ ਜਾਣਾ। ਸੋ ਹਾਲੇ ਵੀ ਪਿੰਡ ਦੇ ਨਾਲ ਮੇਰਾ ਰਿਸ਼ਤਾ ਜਿਹੜਾ ਨਾ ਉਹ ਬਹੁਤ ਗੂੜਾ। ਦੂਜੀ ਗੱਲ ਇਹ ਆ ਵੀ ਮੈਂ ਆਪਣੇ ਪਿੰਡ ਤੋਂ ਸਿੱਖਿਆ ਰਹਿਤ ਬਹਿਤ ਦਾ ਜਿਹੜਾ ਟੰਗ ਆ ਨਾ, ਮੈਨੂੰ ਮੇਰੇ ਪਿੰਡ ਨੇ ਸਿਖਾਇਆ, ਬੜੇ ਹੋ ਕੇ ਵੀ ਬੜੇ ਬੜੇ ਉਸਤਾਦਾਂ ਤੋਂ, ਬੜੇ ਦਾਨਸ਼ਵਰ ਔਰ ਵਿਦਵਾਨ ਲੋਕਾਂ ਦੀ ਸੰਗਤ ਕਰਨ ਦਾ ਮੌਕਾ ਮਿਲਿਆ, ਪਰ ਜਿੱਦਾਂ ਮਿਲ ਕੇ ਰਹਿਣ ਦਾ ਸੈਕੂਲਰ ਢੰਗ ਨਾਲ ਰਹਿਣ ਦਾ ਜਿਹੜਾ ਟੰਗ ਆ ਨਾ, ਮੈਨੂੰ ਮੇਰੇ ਪਿੰਡ ਨੇ ਸਿਖਾਇਆ। ਆਹ ਮੇਰੀ ਪਤਨੀ ਬੈਠੀ ਆ, ਸੁਧਾ ਇਹਨਾਂ ਦਾ ਨਾਂ ਆ, ਇਹ ਜੈਨ ਪਰਿਵਾਰ ਤੋਂ ਆ। ਮੈਂ ਐਵੇਂ ਦੱਸਣ ਨੂੰ ਤੁਹਾਨੂੰ ਕਹਿੰਦਾ ਕਿ ਮੈਂ ਜੱਟਾਂ ਦਾ ਮੁੰਡਾ, ਅਤੇ ਦੇਖਣ ਨੂੰ ਇੱਦਾਂ ਲੱਗਦਾ ਵੀ ਜੱਟਾਂ ਅਤੇ ਜੈਨੀਆਂ ਦੇ ਵਿੱਚ ਕੋਈ ਚੀਜ਼ ਮਿਲਦੀ ਨਹੀਂ। ਜੈਨੀ ਬਿਲਕੁਲ ਆ ਜਿਹੜਾ ਨਾ ਹਿੰਸਾ ਪਰਮੋ ਧਰਮਾ, ਇਹ ਮਹਾਤਮਾ ਬੁੱਧ ਦਾ ਨਾਰਾ ਨਹੀਂ, ਇਹ ਮਹਾਂਵੀਰ ਜੈਨ ਦਾ ਨਾਰਾ, ਯਾਨੀ ਉਹ ਸਮੁੱਚੇ ਤੌਰ 'ਤੇ ਉਹਨਾਂ ਦਾ ਭਾਈਚਾਰਾ, ਉਹਨਾਂ ਦਾ ਰਹਿਣ ਸਹਿਣ, ਉਹਨਾਂ ਦਾ ਕੰਮ ਕਾਰ, ਉਹ ਬਿਜ਼ਨਸ ਕਮਿਊਨਿਟੀ ਆ, ਅਤੇ ਅਸੀਂ ਤਾਂ ਮਤਲਬ ਸਾਰੇ ਪਾਸੇ ਹਰ ਮਸਾਲੇ ਪੇਪੜਾ ਬੋਲ ਹਾਂ, ਅਤੇ ਮੇਰਾ ਪਰਿਵਾਰ ਇਹਨਾਂ ਦੇ ਪਿਤਾ ਦੇ ਨਾਲ ਦੋਸਤੀ ਦੇ ਫਲਸਰੂਪ ਹੋਇਆ, ਔਰ ਇਹਦੇ ਭਾਈ ਭਤੀਜਿਆਂ ਦੇ ਨਾਲ, ਤਿੰਨਾਂ ਪੁਸ਼ਤਾਂ ਦੇ ਨਾਲ, ਇਹਨਾਂ ਟੱਬਰਾਂ ਦੇ ਨਾਲ ਇੰਨੀ ਮੁਹੱਬਤ ਮੇਰੀ ਮਤਲਬ ਨਿਭ ਰਹੀ ਆ ਕਿ ਮੈਨੂੰ ਆਪ ਬੜੀ ਖੁਸ਼ੀ ਆ। ਇੱਦਾਂ ਮੇਰੇ ਬੱਚੇ ਜਿਹੜੇ ਆ ਨਾ, ਉਹਨਾਂ ਦੇ ਵਿੱਚ ਕਦੇ ਕਦੇ ਕਿਸੇ ਕਿਸਮ ਦੀ ਕੋਈ ਧਰਮ ਦੇ ਆਧਾਰ 'ਤੇ, ਫਿਰਕੇ ਦੇ ਆਧਾਰ 'ਤੇ, ਜ਼ਾਤ ਦੇ ਆਧਾਰ 'ਤੇ, ਖਿੱਤੇ ਦੇ ਆਧਾਰ 'ਤੇ ਕਦੇ ਕੋਈ ਵੰਡ ਨਹੀਂ ਹੋਈ, ਅਤੇ ਮੈਨੂੰ ਇਸ ਗੱਲ ਦਾ ਮਾਣ ਆ, ਅਤੇ ਮੇਰੇ ਮਨ 'ਚ ਇਹ ਆ ਕਿ ਦੁਨੀਆ ਵਿੱਚ ਕਿਤੇ ਇਹੀ ਇਸੇ ਢੰਗ ਨਾਲ ਸਿੱਖ ਲਏ, ਜਾਂ ਇੱਦਾਂ ਸਮਝ ਲਓ ਵੀ ਮੈਂ ਤਾਂ ਮੇਰੀ ਪੜ੍ਹਾਈ ਦਾ ਵੀ ਇਹਦੇ ਵਿੱਚ ਅਸਰ ਹੋਣਾ। ਮੈਨੂੰ ਧਨੀ ਰਾਮ ਚਾਤਰਿਕ ਬਹੁਤ ਯਾਦ ਆਉਂਦੇ ਇਸ ਗੱਲ 'ਚ, ਉਹਨਾਂ ਦੀ ਇੱਕ ਕਿਤਾਬ ਆ ਨੇ, ਉਹਨਾਂ ਦੀ ਤੁਹਾਨੂੰ ਕਹਿਣਾ ਚਾਹੀਦਾ ਕਵਿਤਾ, ਉਹਦਾ ਨਾਂ ਹੈ ਸਰੇਖ ਪੰਜਾਬ ਆ। ਜੇ ਮੈਂ ਉਹਦੀ ਲੰਬੀ ਗੱਲ ਨਾ ਵੀ ਕਰਾਂ, ਅਖੀਰ ਦੇ ਵਿੱਚ ਇੱਥੇ ਮੁਕਾਉਂਦੇ ਆ ਵੀ ਵਸੇ ਰਸੇ ਘਰ ਬਾਰ ਤੇਰਾ, ਮੀਆਂ ਲਾਲਾ ਸਰਦਾਰ ਤੇਰਾ, ਯਾਨੀ ਸਾਰੇ ਆਪਸ ਵਿੱਚ ਸੁੱਖੀ ਸਾਂਦੀ ਰਹਿਣ। ਇੱਦਾਂ ਹੀ ਜੇ ਮੈਂ ਗੱਲ ਕਰਾਂ ਪ੍ਰੋਫੈਸਰ ਪੂਰਨ ਸਿੰਘ, ਮਤਲਬ ਸਾਡੇ ਕਵੀ ਹੋਏ ਆ ਬਹੁਤ ਵੱਡੇ, ਮੈਂ ਤਾਂ ਉਹਨਾਂ ਦੇ ਕਾਵਿ ਸਥਾਨ 'ਤੇ PhD ਵੀ ਬਾਅਦ ਵਿੱਚ ਕੀਤੀ ਆ। ਉਹਨਾਂ ਦਾ ਵੀ ਮਤਲਬ ਸਾਰੀ ਜ਼ਿੰਦਗੀ ਜਿਹੜਾ ਦੋਸਤ ਹੁੰਦਾ ਸੀ ਨਾ, ਮੁਸਲਮਾਨ ਦੋਸਤ ਸੀ, ਜਿਹਦੇ ਨਾਲ ਉਹਨਾਂ ਦੀ ਮਤਲਬ ਜ਼ਿੰਦਗੀ ਭਰ ਨਿਭੀ ਆ, ਅਤੇ ਇਹੀ ਮੇਰਾ ਰਵੱਈਆ ਮਤਲਬ ਇੱਥੇ ਆ। ਅਸੀਂ ਰਾਮਗੜੀਆ ਕਾਲਜ ਫੁਆੜੇ ਵਿੱਚ ਪੜ੍ਹੇ ਹਾਂ।
ਅਤੇ ਉਸ ਕਾਲਜ ਦੇ ਰੋਲ ਆਫ ਆਨਰਸ 'ਤੇ ਸਾਡੇ ਪਿੰਡ ਦੇ ਦੋ ਮੁੰਡਿਆਂ ਦਾ ਨਾਂ ਆ, ਇੱਕ ਸੁਰਿੰਦਰਪਾਲ ਭਾਸਕਰ ਬੀ ਏ ਆਨਰਸ 'ਚੋਂ ਪੋਲੀਟੀਕਲ ਸਾਇੰਸ 'ਚੋਂ ਸੈਕਿੰਡ ਰਿਹਾ, ਮੈਂ ਬੀ ਏ ਆਨਰਸ ਪੰਜਾਬੀ ਦੇ ਵਿੱਚੋਂ ਪੰਜਾਬ ਦੇ ਵਿੱਚੋਂ ਸੈਕਿੰਡ ਰਿਹਾ, ਅਤੇ ਨਿੱਕੇ ਜਿਹੇ ਪਿੰਡ ਦੇ ਦੋ ਨਾਂ ਰੋਲ ਆਫ ਆਨਰਸ ਵਿੱਚ ਹੋਣੇ। ਮੈਂ ਹਾਲੇ ਵੀ ਜਾਂਦਾ, ਮੈਂ ਉਸ ਫੱਟੇ ਨੂੰ ਪੜ੍ਹ ਕੇ ਆਉਂਦਾ ਪਿੰਡ ਨਾਲ ਮੋਹ ਕਰਕੇ। ਅਤੇ ਬਾਕੀ ਤੁਸੀਂ ਇੱਦਾਂ ਸਮਝੋ ਵੀ ਪਿੰਡੋਂ ਕਾਲਜ, ਸ਼ਾਇਦ ਇਹ ਸਵਾਲ ਤੁਹਾਡੇ ਮਨ 'ਚ ਨਾ ਆਵੇ, ਮੈਂ ਆਪੇ ਤੁਹਾਨੂੰ ਜਵਾਬ ਦੇ ਦੇਣਾ। 16-17 ਕਿਲੋਮੀਟਰ ਦੀ ਵਿੱਥ 'ਤੇ ਆ, ਅਤੇ ਮੈਂ 15-15 ਸਾਲ ਦੀ ਉਮਰ ਦੇ ਵਿੱਚ 10ਵੀਂ ਪਾਸ ਕਰ ਲਈ ਸੀ। ਮੇਰੇ ਪਿਤਾ ਲਈ ਇਹ ਪੜ੍ਹਾਈ ਬਹੁਤ ਸੀ, ਉਹਨਾਂ ਨੂੰ ਇੱਦਾਂ ਲੱਗਦਾ ਸੀ ਵੀ ਜੇ ਮੇਰਾ ਪੁੱਤਰ ਪਟਵਾਰੀ ਬਣ ਜਾਏ ਤਾਂ ਬਹੁਤ ਆ। ਅਤੇ ਉਹ ਪਟਵਾਰੀ ਦੀ ਵੀ ਮਤਲਬ ਇਸ ਕਰਕੇ ਮੈਂ ਗਲਤ ਹੋ ਰਹੀ ਆ, ਸਾਡੇ ਗੁਆਂਢੀ ਪਿੰਡ ਦਾ, ਬਾਂਸੀਆਂ ਦੇ ਪਿੰਡ ਦਾ ਪਟਵਾਰੀ ਹੁੰਦਾ ਸੀ ਸਾਡੇ ਪਿੰਡ, ਕਰਮ ਸਿੰਘ, ਮੇਰੇ ਪਿਤਾ ਉਹਨਾਂ ਦੇ ਦੋਸਤ ਸੀ। ਮੈਂ ਜਿੱਦਾਂ ਹਰ ਬੱਚਾ ਸਕੂਲ ਤੋਂ ਡਰਦਾ, ਮੈਂ ਸਕੂਲ ਵੱਲ ਜਾਂਦਾ ਨਹੀਂ ਸੀ, ਮੈਂ ਤਾਂ ਬਹੁਤਾ ਲਾਡਲਾ ਸੀ, ਕਿਉਂਕਿ ਜੇ ਫਰਜ਼ ਕਰੋ ਚਾਰ ਭੈਣਾਂ, ਮਾਂ, ਮਾਪੇ ਅਤੇ ਸਾਰਾ ਪਿੰਡ ਅਤੇ ਆਲਾ ਭਾਈਚਾਰਾ ਅਤੇ ਇੰਨਾ ਹੋਣ, ਤਾਂ ਮੈਨੂੰ ਮਤਲਬ ਜਿੱਦਾਂ ਮੈਂ ਪਹਿਲਾਂ ਕਿਹਾ ਵੀ ਪਿਆਰਾ ਮੁਹੱਬਤ ਬਹੁਤ ਬੜੀ, ਸਕੂਲੇ ਜਾਣਾ ਇੱਕਦਮ ਔਖਾ ਸੀ। ਉਹ ਬੰਸੀਆਂ ਵਾਲੇ ਪਟਵਾਰੀ ਨੇ, ਕਰਮ ਸਿੰਘ ਉਹਦਾ ਨਾਂ ਸੀ, ਉਹਦੇ ਕੰਨਾਂ ਵਿੱਚ ਦੀਆਂ ਨੱਤੀਆਂ ਹਾਲੇ ਮੈਨੂੰ ਦੀਦੀਆਂ, ਜੋ ਗਿਆ ਪੱਗ ਅਤੇ ਕੰਨ 'ਤੇ ਉਹਦਾ ਲੜ ਛੱਡਿਆ ਹੁੰਦਾ ਸੀ, ਮੇਰੇ ਪਿਤਾ ਦਾ ਦੋਸਤ ਸੀ। ਉਹ ਕਹਿੰਦਾ ਬਤਨ ਸਿਆਂ ਮੁੰਡੇ ਨੂੰ ਪੜ੍ਹਨਾ ਪਾ ਦੇ, ਅਤੇ ਮੁੰਡਾ, ਮੇਰੀਆਂ ਭੈਣਾਂ ਮੈਨੂੰ ਦੱਸਦੀ ਹੁੰਦੀਆਂ ਵੀ ਤੇਰਾ ਇਹ ਫਿਕਰਾ ਹੁੰਦਾ ਸੀ ਪ੍ਰਸਿੱਧ, ਅਤੇ ਮੈਂ ਸਕੂਲ ਤਾਂ ਜਾਣਾ ਹੀ ਨਹੀਂ। ਪਰ ਕਰਮ ਸਿੰਘ ਨੇ ਇਹ ਇੱਕ ਸੁਝਾਅ ਦਿੱਤਾ ਵੀ ਇਹਨੂੰ ਰੋਜ਼ ਦਾ ਟਕਾ ਦਿਓ, ਟਕੇ ਦੇ 3 ਨਵੇਂ ਪੈਸੇ ਆ, 100 ਨਵਾਂ ਪੈਸਾ 1 ਰੁਪਈਏ 'ਚ ਹੁੰਦਾ ਟਕੇ ਦੀ, ਅੱਜ ਕੱਲ੍ਹ ਕੋਈ ਬੁੱਕਤ ਨਹੀਂ ਉਹਨਾਂ ਦਾ, ਟਕੇ ਦਾ ਵੀ ਖਾਣ ਪੀਣ ਨੂੰ ਕੁਛ ਨਾ ਕੁਛ ਆ ਜਾਂਦਾ ਹੁੰਦਾ ਸੀ। ਅਤੇ ਮੈਨੂੰ ਚੇਤਾ ਵੀ 1-2 ਵਾਰ ਮੈਂ ਟਕਾ ਲਿਆ, ਮਗਰੋਂ ਨਹੀਂ ਮੈਂ ਜਾਣ ਮਗਰੋਂ ਨਹੀਂ ਜਾ ਕੇ ਨਾ ਸਕੂਲ ਦੇ ਨਾਲ ਮਤਲਬ ਮੇਰੀ ਇੰਨੀ ਮੁਹੱਬਤ ਹੋਈ ਆ। ਤੁਸੀਂ ਇੱਦਾਂ ਸਮਝ ਲਓ ਵੀ ਜਾਂ ਤਾਂ ਮਾਸਟਰਾਂ ਦੀ ਮੁਹੱਬਤ ਕਰਕੇ ਕੁਛ, ਜੇ ਮੈਨੂੰ ਇਜਾਜ਼ਤ ਦਿਓ ਕਿ ਪੜ੍ਹਾਈ ਵਿੱਚ ਮੈਂ ਤੁਰ ਪਿਆ ਜਾਣੀ, ਜ਼ਿਆਦਾ ਤੁਰ ਪਿਆ। ਅਤੇ ਜੇ ਫਰਜ਼ ਕਰੋ ਜਿਹੜਾ ਕੰਮ ਤੁਹਾਨੂੰ ਆਉਂਦਾ ਉਹਦੇ ਵਿੱਚ ਤੁਹਾਡਾ ਚਿੱਤ ਲੱਗਦਾ, ਉਹਦੇ ਵਿੱਚੋਂ ਤੁਹਾਨੂੰ ਫਰਜ਼ ਕਰੋ ਮਾੜੀ ਮੋਟੀ ਪ੍ਰਸ਼ੰਸਾ ਵੀ ਮਿਲਦੀ ਹੈ। ਫਿਰ ਮੈਂ ਜਿਸ ਵੇਲੇ 10ਵੀਂ ਤੋਂ ਬਾਅਦ ਮੇਰੇ ਮਨ ਵਿੱਚ ਉੱਚ ਵਿੱਦਿਆ ਪ੍ਰਾਪਤ ਕਰਨੀ ਸੀ, ਪਟਵਾਰ ਮੇਰਾ ਸੁਪਨਾ ਨਹੀਂ ਸੀ, ਮੇਰੇ ਪਿਤਾ ਦਾ ਸੀ। ਪਿਤਾ ਮੇਰੇ ਲੰਮੇ ਸਫ਼ਰ 'ਤੇ ਕਿਤੇ ਦੂਰ ਬਾਹਰ ਗਏ ਸੀ, ਅਤੇ ਮੇਰੇ ਮਨ ਦੇ ਵਿੱਚ ਇਹ ਸੀ ਵੀ ਮੈਂ ਕਾਲਜ ਵਿੱਚ ਦਾਖਲ ਹੋਣਾ। 15.5 ਸਾਲ ਦੀ ਮੇਰੀ ਉਮਰ, 5'2" ਕੱਦ, ਸਾਦਾ ਜਿਹਾ ਕੁੜਤਾ ਪਜਾਮਾ, ਪਤਾ ਨਹੀਂ ਪੱਗ ਵਲੇਟ ਕੇ ਮੈਂ ਸਵੇਰੇ ਆਪਣੇ ਪਿੰਡੋਂ ਤੁਰ ਪਿਆ। ਰਾਮਗੜੀਆ ਕਾਲਜ ਮੈਂ ਜਿਸ ਵੇਲੇ ਫਗਵਾੜੇ ਪਹੁੰਚਿਆ, ਮੈਂ ਪਹਿਲੀ ਵਾਰ ਕਾਲਜ ਦਾ ਦੁਆਰ ਉੜੰਗਿਆ ਟੱਪ ਕੇ ਅੰਦਰ ਗਿਆ ਸੀ, ਮੇਰਾ ਕਾਲਜ ਨਾਲ ਕੋਈ ਤਲਕ ਨਹੀਂ ਸੀ, ਪੁੱਛਦਾ ਪੁਛਾਉਂਦਾ ਚਲਾ ਗਿਆ। ਅਤੇ ਤੁਸੀਂ ਇੱਦਾਂ ਸਮਝੋ ਉਸ ਵੇਲੇ ਤੱਕ ਕਾਲਜ ਬੰਦ ਹੋ ਚੁੱਕਾ ਸੀ, ਕੋਈ ਸਟੂਡੈਂਟ ਨਹੀਂ ਸੀ। ਕੁਦਰਤੀ ਪ੍ਰਿੰਸੀਪਲ ਦਾ ਜਿਹੜਾ ਦਫ਼ਤਰ ਸੀ ਖੁੱਲ੍ਹਾ, ਉਹਦੇ ਬਾਹਰ ਬੈਠਾ ਉਹਦਾ ਸੇਵਾਦਾਰ, ਹਾਲੇ ਤੱਕ ਮੈਨੂੰ ਚੇਤਾ ਉਹਦਾ ਨਾਂ ਨਾਜ਼ਰ ਸੀ, ਅਤੇ ਪ੍ਰਿੰਸੀਪਲ ਦੇ ਦਰਵਾਜ਼ੇ ਨੂੰ ਚੈੱਕ ਲੱਗੀ ਹੋਈ ਸੀ ਬੰਸਾਂ ਦੀ ਜਿਹੜੀ ਸਿੱਖਾਂ ਦੀ, ਉਹਦੇ ਮਤਲਬ ਆਲੇ ਦੁਆਲੇ ਪੀਲੀ ਅਤੇ ਦਰਮਿਆਨ ਦੇ ਵਿੱਚ ਲਾਲ ਉਹਦੇ ਇੱਕ ਗੋਲਦਾਇਰਾ ਸੀ। ਮੈਨੂੰ ਇਹ ਵੀ ਪਤਾ ਨਹੀਂ ਸੀ ਵੀ ਪ੍ਰਿੰਸੀਪਲ ਦੇ ਦਫ਼ਤਰ ਦੇ ਵਿੱਚ ਮੇ ਆਈ ਕਮਨ ਸਰ ਕਹਿ ਕੇ ਬੜੀ ਦਾ ਹੁੰਦਾ, ਮੈਂ ਚੱਕ ਚੱਕੀ ਅਤੇ ਅੰਦਰ ਚਲਾ ਗਿਆ। ਪ੍ਰਿੰਸੀਪਲ ਸਰਦਾਰ ਕਿਰਪਾਲ ਸਿੰਘ ਨਾਰੰਗ ਹੁੰਦੇ ਸੀ, ਜਿਹੜੇ ਬਾਅਦ ਵਿੱਚ ਰਜਿਸਟਰਾਰ ਬਣੇ ਪੰਜਾਬ ਯੂਨੀਵਰਸਿਟੀ ਦੇ ਅਤੇ ਪੰਜਾਬੀ ਯੂਨੀਵਰਸਿਟੀ ਦੇ ਉਹ ਵਾਈਸ ਚਾਂਸਲਰ ਵੀ ਬਣੇ। ਉਹ ਐਨਕ ਇੱਕਦਮ ਮੋਟੇ ਸ਼ੀਸ਼ਾ ਹੀ ਦੇਖ ਕੇ ਇੱਕਦਮ ਹੈਰਾਨ ਵੀ ਕਾਲਜ ਦੇ ਵਿੱਚ ਕੋਈ ਵਿਦਿਆਰਥੀ ਨਹੀਂ, ਵੀ ਅੰਦਰ ਕੌਣ ਆ ਵੜਿਆ। ਔਰ ਮੇਰਾ ਤਾਂ ਬੜਾ ਸਾਰ ਮਰਾਦਾ ਜੇ ਦੇਖ ਸੀ ਮੇਰੀ, ਅਤੇ ਮੈਨੂੰ ਕਹਿੰਦੇ ਸੁਣਾ ਕਾਕਾ ਕਿੱਦਾਂ ਆਇਆ। ਮੈਂ ਕਿਹਾ ਜੀ ਵੀ ਮੈਂ ਕਾਲਜ ਵਿੱਚ ਪੜ੍ਹਨਾ। ਉਹ ਕਹਿੰਦੇ ਵੀ ਅੱਜ ਤਾਂ ਕਾਲਜ ਬੰਦ ਆ, ਤੁਹਾਨੂੰ ਅੱਜ ਕੱਲ੍ਹ ਇੱਦਾਂ ਲੱਗੂਗਾ ਵੀ ਜਿੱਦਾਂ ਮੈਂ ਕਿਸੇ ਨਾ ਕਿਸੇ ਹੋਰ ਮੁਲਕ ਦੀ ਕਥਾ ਸੁਣਾ ਰਿਹਾ। ਫਿਰ ਤੂੰ ਕਹਿੰਦੇ ਕੱਲ੍ਹ ਨੂੰ ਆਈ। ਮੈਂ ਪਿੰਡ ਗਿਆ ਵਾਪਸ, 16-17 ਕਿਲੋਮੀਟਰ ਪੈਦਲ, ਅਤੇ ਪਿੰਡ ਜਾ ਕੇ ਸੱਚੀ ਗੱਲ ਆ, ਪਿਤਾ ਘਰ ਨਹੀਂ ਸੀ, ਮਾਂ ਕੋਲ ਪੈਸੇ ਨਹੀਂ ਸੀ, ਮੈਂ ਆਪਣੀ ਤਾਈ ਤੋਂ, ਉਹ ਮੇਰੀ ਦੂਜੀ ਮਾਂ ਸੀ, ਮੈਂ ਫਰਕ ਨਹੀਂ ਉਹਨਾਂ ਦੋਨਾਂ ਵਿੱਚ ਪਾਇਆ, ਸਾਡਾ ਆਪਸ ਵਿੱਚ ਟੱਬਰਾਂ ਦਾ ਪਿਆਰ ਮੁਹੱਬਤ ਵੀ ਇੱਦਾਂ ਹੀ ਸੀ। ਉਸੇ ਧਮਤੀ ਦਾ ਪਰਿਵਾਰ ਹੁਣ ਫਿੱਜੀ ਆ, 4ਵੀਂ ਪੀੜ੍ਹੀ ਤੱਕ ਵੀ ਉਹਨਾਂ ਦੇ ਨਾਲ, ਉਹਨਾਂ ਬੱਚਿਆਂ ਨਾਲ ਮੈਂ ਉੱਦਾਂ ਮਿਲਦਾ ਜਿੱਦਾਂ ਆਪਣੇ ਬੱਚਿਆਂ ਨਾਲ ਮਿਲਦਾ, ਮੇਰੇ ਬੱਚੇ ਵੀ ਆਪਸ ਵਿੱਚ ਭਾਈਆਂ ਭੈਣਾਂ ਵਾਂਗ ਮਿਲਦੇ ਆ। ਪੈਸੇ ਤਾਈ ਧਮਤੀ ਕੋਲ ਵੀ ਨਹੀਂ ਸੀ, ਉਹਨਾਂ ਦਿਨਾਂ 'ਚ 12-13 ਰੁਪਏ ਦੀ ਮਨਪੱਕੀ ਕਣਕ ਵਿਕ ਜਾਂਦੀ ਸੀ, ਪੈਸੇ ਨਕਦ ਹੁੰਦੇ ਹੀ ਨਹੀਂ ਸੀ ਪਿੰਡ 'ਚ, ਬਹੁਤ ਘੱਟ, ਮਤਲਬ ਬਹੁਤ ਘੱਟ ਪੈਸੇ ਹੁੰਦੇ ਸੀ। ਅਤੇ ਉਹ ਮੈਨੂੰ ਐਨ ਚੇਤਾ, ਮੈਂ ਨਾਂ ਲੈਣਾ ਚਾਹੂੰਗਾ, ਦੇਵੀ ਚੰਦ ਬਾਹਰਲੇ ਵਿਹੜੇ ਵਾਲੇ ਦੀ ਬੀਵੀ ਜੈਕੁਰ ਉਹਦਾ ਨਾਂ ਸੀ, ਤਾਈ ਤੰਤੀ ਮੈਨੂੰ ਨਿੱਕੇ ਜਿਹੇ ਨੂੰ ਨਾਲ ਉਹਦੇ ਘਰ ਲੈ ਗਈ, ਅਤੇ ਮੈਨੂੰ ਉਹਨੇ ਜੈਪੁਰ ਕੋਲ ਆਪਣੀ ਮੰਗ ਪੇਸ਼ ਕੀਤੀ। ਮੈਨੂੰ ਚੇਤਾ ਵੱਡੇ ਸਾਰੇ ਦਲਾਨ ਦੇ ਵਿੱਚ
ਕੱਚੀ ਮਿੱਟੀ ਦੀ ਤੂੜੀ ਪਾ ਕੇ ਲਿਪ ਕੇ ਬਣਾਈ ਉਹ ਕੋਠੜੀ ਜਿਹੀ ਸੀ ਉਹਦੇ ਵਿੱਚ ਦਾਣੇ ਜਮ੍ਹਾਂ ਕਰਦੇ ਸੀ ਦਾਣੇ ਉਹਨੇ ਉਰੇ ਪਰੇ ਕੀਤੇ ਮੈਨੂੰ ਹੱਲ ਤੱਕ ਉਹ ਦ੍ਰਿਸ਼ ਯਾਦ ਆ ਉਰੇ ਪਰੇ ਕੀਤੇ ਤਾਂ ਵਿੱਚੋਂ ਇੱਕ ਪੋਟੜੀ ਕੱਢੀ ਪੁਰਾਣੇ ਖਦਰ ਦੇ ਲੀਰੇ ਦੀ ਉਹਦੇ ਵਿੱਚੋਂ 35 ਰੁਪਈਏ ਨਿਕਲੇ 35 ਰੁਪਈਏ ਉਹਨੇ ਜਿੱਦਾਂ ਮੈਨੂੰ ਲੱਗਦਾ ਵੀ ਆਪਣੇ ਘਰਦਿਆਂ ਤੋਂ ਚੋਰੀ ਵੀ ਅਸੀਂ ਘੇ ਵੇਚ ਕੇ ਮਤਲਬ ਜਮ੍ਹਾਂ ਕੀਤੇ ਸੀ ਜਿੱਦਾਂ ਹਰ ਔਰਤ ਨੂੰ ਹੁੰਦਾ ਨਾ ਵੀ ਕੋਈ ਨਾ ਕੋਈ ਤਾਂ ਦੁੱਖ ਸੁੱਖ ਲਈ ਤਾਂ 4 ਪੈਸੇ ਕੋਲ ਹੋਣ ਮੈਂ ਉਸ ਔਰਤ ਦੀ ਦਰਿਆਦਲੀ ਦੀ ਵੀ ਦਾਤ ਦਿੰਦਾ ਉਹਨੇ ਪੋਟਲੀ ਸਣੇ 35 ਰੁਪਈਏ ਮੇਰੀ ਤਾਈ ਨੂੰ ਦੇ ਤੇ ਅਤੇ ਮੈਂ 35 ਰੁਪਈਏ ਲੈ ਕੇ ਇੱਕ ਦਿਨ ਵਿਚਾਲੇ ਛੱਡ ਕੇ ਤੀਜੇ ਦਿਨ ਮੈਂ ਕਾਲਜ ਫੇਰ ਗਿਆ ਮੈਨੂੰ ਪ੍ਰਿੰਸੀਪਲ ਸਾਹਿਬ ਕਹਿੰਦੇ ਕਾਕਾ ਤੈਨੂੰ ਤਾਂ ਕੱਲ੍ਹ ਸੱਦਿਆ ਸੀ ਮੈਂ ਕਿਹਾ ਜੀ ਕੱਲ੍ਹ ਮੇਰੇ ਕੋਲ ਪੈਸੇ ਹੈਨੀ ਸੀ ਕਹਿੰਦੇ ਹੁਣ ਪੈਸੇ ਹੈਗੇ ਆ ਮੈਨੂੰ ਹਾਲੇ ਵੀ ਕਿਰਪਾਲ ਸਿੰਘ ਨਾਰੰਗ ਦਾ ਚਿਹਰਾ ਆਇਆ ਉੱਦਾਂ ਹੀ ਚੇਤੇ ਆਉਂਦਾ ਮੈਂ ਦੱਸਿਆ ਹਾਂ ਜੀ ਕਹਿੰਦੇ ਕਿੰਨੇ ਪੈਸੇ ਆ ਮੈਂ ਦੱਸਿਆ 35 ਰੁਪਈਏ ਉਹਨੇ ਮੇਰੇ ਐਡਮਿਸ਼ਨ ਫਾਰਮ ਦੇ ਕਿਨਾਰੇ 'ਤੇ ਮੇਰਾ ਇਕੱਲਾ ਇਕੱਲਾ ਲਫ਼ਜ਼ ਉਹਨਾਂ ਦੇ ਹੱਥ ਲਿਖਤ ਵਿੱਚ ਲਾਲ ਸਿਆਹੀ ਨਾਲ ਮੈਨੂੰ ਲਿਖਿਆ ਦੀਦਾ ਬਗੈਰ ਅਰਜ਼ੀ ਲਈ ਤਾਂ ਉਹਨਾਂ ਲਿਖ ਦਿੱਤਾ ਆਲ ਅਦਰ ਚਾਰਜਿਸ ਐਕਸੈਪਟ ਹਾਫ ਟਿਊਸ਼ਨ ਫੀਸ ਰਿਮਿਟਡ ਹਾਫ ਟਿਊਸ਼ਨ ਫੀਸ 4-5 ਰੁਪਈਏ ਹੁੰਦੀ ਸੀ ਅਤੇ ਮੈਂ ਉਹੀ ਐਡਮਿਸ਼ਨ ਫਾਰਮ ਲੈ ਕੇ ਫੀਸ ਕਲਰਕ ਦੇ ਕੋਲ ਚਲ ਗਿਆ ਫੀਸ ਕਲਰਕ ਨੇ 35 ਰੁਪਈਏ ਮੈਂ ਉਹਨੂੰ ਦਿੱਤੇ ਤਾਂ ਮੈਨੂੰ ਕਹਿੰਦਾ 20 ਰੁਪਈਏ ਹੋਰ ਦੇ ਦੇ ਮੈਂ ਕਿਹਾ ਜੀ ਉਹ ਕਾਹਦੇ ਉਹ ਕਹਿੰਦਾ ਵੀ ਲਾਇਬ੍ਰੇਰੀ ਦੀ ਸਿਕਿਉਰਿਟੀ ਹੁੰਦੀ ਹੈ ਉਹਨਾਂ ਦਿਨਾਂ ਦੇ ਵਿੱਚ ਲਾਇਬ੍ਰੇਰੀ ਦੀ ਸਿਕਿਉਰਿਟੀ ਉਹ ਰਖਾਉਂਦੇ ਹੁੰਦੇ ਸੀ ਵੀ ਕਿਤਾਬ ਲੈ ਕੇ ਮੈਂ ਮੋੜਾ ਨਾ ਜਾਂ ਮੇਰੇ ਤੋਂ ਕਿਤਾਬ ਗੁਆਚ ਜਾਏ ਜਾਂ ਕਿਤਾਬ ਖਰਾਬ ਹੋ ਜਾਏ ਉਹ 20 ਰੁਪਏ ਲਾਇਬ੍ਰੇਰੀ ਦੀ ਸਿਕਿਉਰਿਟੀ ਰਿਫੰਡੇਬਲ ਹੁੰਦੀ ਸੀ ਹੁਣ ਮੇਰੇ ਤੋਂ ਕੋਲ ਨਹੀਂ ਸੀ ਅਤੇ ਮੈਂ ਉਹਨੀ ਪੈਰੀਂ ਪ੍ਰਿੰਸੀਪਲ ਸਾਹਿਬ ਕੋਲ ਫੇਰ ਆਇਆ ਮੈਂ ਜੀ ਉਹ ਤਾਂ 20 ਰੁਪਈਏ ਹੋਰ ਮੰਗਦਾ ਪ੍ਰਿੰਸੀਪਲ ਸਾਹਿਬ ਨੇ ਫੀਸ ਕਲਰਕ ਨੂੰ ਪ੍ਰੀਤਮ ਸਿੰਘ ਸੀ ਉਹਨਾਂ ਦਾ ਨਾਮ ਦਫ਼ਤਰ ਵਿੱਚ ਸੱਦਿਆ ਕਹਿੰਦੇ ਅਤੇ ਉਹ ਵੀ ਨਹੀਂ ਲੈਣੇ ਮੈਨੂੰ ਨਹੀਂ ਪਤਾ ਉਹਨਾਂ ਦੇ ਮਨ ਵਿੱਚ ਕੀ ਸੀ ਸੋ ਇੱਦਾਂ ਮੈਂ ਆਪਣੀ ਮਤਲਬ ਪੜ੍ਹਾਈ ਸ਼ੁਰੂ ਕੀਤੀ ਅਤੇ ਕੁਦਰਤੀ ਕਿਤਾਬਾਂ ਮੇਰੇ ਕੋਲ ਸਾਡੇ ਪਿੰਡੋਂ ਨਾ ਉਹਨਾਂ ਦਿਨਾਂ ਦੇ ਵਿੱਚ FA ਜਿਹੜੀ 12ਵੀਂ ਜਮਾਤ ਸੀ ਨਾ ਬਹੁਤ ਔਖੀ ਸੀ ਜ਼ਿਆਦਾ ਔਖੀ 22% ਰਿਜ਼ਲਟ ਆਉਂਦਾ ਹੁੰਦਾ ਸੀ 21-22 ਅਤੇ ਸਾਡੇ ਪਿੰਡ ਦਾ ਖੱਤਰੀਆਂ ਦਾ ਮੁੰਡਾ ਸਰੂਪ ਚੰਦ ਅੰਸਲ ਪੜ੍ਹਦਾ ਹੁੰਦਾ ਸੀ FA ਦੇ ਵਿੱਚ ਬਹੁਤ ਬੱਚੇ ਦਮ ਛੱਡ ਜਾਂਦੇ ਹੁੰਦੇ ਸੀ ਇੱਕਦਮ ਸਕੂਲ ਤੋਂ ਕਾਲਜ ਦਾ ਵਾਤਾਵਰਣ ਕਈ ਕੁਛ ਹੋ ਜਾਂਦਾ ਸੀ ਉਹਦੀਆਂ ਕਿਤਾਬਾਂ ਮੈਨੂੰ ਹੁਣ ਤੱਕ ਚੇਤੇ ਆ ਅੰਗਰੇਜ਼ੀ ਪੋਲਟਰੀ ਦੀ ਕਿਤਾਬ ਦਾ ਨਾਂ ਸੀ ਪੈਨਸ ਪਾਈ ਇੱਕ ਨਾਵਲ ਸੀ ਗ੍ਰੇਟ ਐਕਸਪੈਕਟੇਸ਼ਨ ਡਿਕਨਸ ਦਾ ਅਬਰਿਜਡ ਫਾਰਮ 'ਚ ਡੈਸਕ ਬੁੱਕ ਆਫ ਸ਼ੋਰਟ ਸਟੋਰੀਜ਼ ਮੈਨੂੰ ਜੀ ਉਹਦੇ ਕੋਲੋਂ ਮਿਲ ਗਈਆਂ ਕਿਤਾਬਾਂ ਇੱਦਾਂ ਮੈਂ ਪੜ੍ਹਾਈ ਸ਼ੁਰੂ ਕੀਤੀ ਮੈਂ ਕੁਦਰਤੀ ਨਾ ਸਾਡੇ ਕਾਲਜ ਦੇ ਵਿੱਚ ਨਾ BA ਓਨਰਸ ਪੰਜਾਬੀ ਦੀ ਕਿਸੇ ਦੀ ਨਹੀਂ ਸੀ ਆਈ ਮੈਂ ਪਹਿਲਾ ਮਤਲਬ ਮੁੰਡਾ ਸੀ BA ਓਨਰਸ 'ਚੋਂ ਮੇਰੀ ਆ ਗਈ ਪੰਜਾਬ 'ਚੋਂ ਸੈਕਿੰਡ ਪੁਜੀਸ਼ਨ ਅਤੇ ਪੰਜਾਬ ਉਹਨਾਂ ਦੇ ਨਾਲ 'ਚ ਜੰਮੂ ਕਸ਼ਮੀਰ ਤੋਂ ਲੈ ਕੇ ਹਿਮਾਚਲ ਹਰਿਆਣਾ ਅਤੇ ਦਿੱਲੀ ਤੱਕ ਨਾ ਇੱਕੋ ਹੀ ਯੂਨੀਵਰਸਿਟੀ ਹੁੰਦੀ ਸੀ ਉਸ ਵੇਲੇ ਯੂਨੀਵਰਸਿਟੀ 'ਚੋਂ ਫਸਟ ਸੈਕਿੰਡ ਪੁਜੀਸ਼ਨ ਲੈਣ ਦਾ ਕੋਈ ਮਤਲਬ ਸੀ ਮੈਂ ਗੌਰਮੈਂਟ ਕਾਲਜ ਦੇ ਵਿੱਚ ਦਾਖਲ ਹੋ ਗਿਆ ਫਗਵਾੜਿਓਂ ਰੋਜ਼ ਪਹਿਲਾਂ ਚਾਚੋਕੀ ਤੋਂ ਫਗਵਾੜੇ ਸਟੇਸ਼ਨ 'ਤੇ ਫਿਰ ਲੁਧਿਆਣੇ ਤੋਂ ਗੌਰਮੈਂਟ ਕਾਲਜ ਦੇ ਸਟੇਸ਼ਨ 'ਤੇ ਮੈਂ ਪੜ੍ਹਿਆ ਮੈਨੂੰ ਸੱਚੀ ਯਾਦ ਆਉਂਦੀ ਹੈ ਆਪਣੇ ਪ੍ਰੋਫੈਸਰ ਬਲਵੰਤ ਸਿੰਘ ਦੀ ਮੈਂ ਜਿਹੜੀ ਹੁਣ ਸਾਰਿਆਂ ਨੂੰ ਮਗਰੋਂ ਕਿਤਾਬ ਛਪੀ ਹੈ ਨਾ ਉਸ ਕਿਤਾਬ ਦਾ ਨਾਂ ਮੇਰੇ ਮਿਹਰਬਾਨ ਉਹਦੇ ਵਿੱਚ ਪ੍ਰੋਫੈਸਰ ਬਲਵੰਤ ਸਿੰਘ ਦਾ ਮੈਂ ਜ਼ਿਕਰ ਕੀਤਾ ਉਹ ਮਤਲਬ ਪੰਜਾਬੀ ਫਾਰਸੀ ਪੰਜਾਬੀ ਹਿੰਦੀ ਸੰਸਕ੍ਰਿਤ ਅੰਗਰੇਜ਼ੀ ਦੇ ਵਿਦਵਾਨ ਸੀ ਬਹੁਤ ਜ਼ਿਆਦਾ ਜਦੋਂ ਜ਼ਿੰਦਗੀ 'ਚ ਉਹਨਾਂ ਨਾ ਉੱਦਾਂ ਦੇ ਮਤਲਬ ਟੀਚਰ ਹੁਣ ਮੁੜ ਕੇ ਪੈਦਾ ਨਹੀਂ ਹੋਣੇ ਕਿਉਂਕਿ ਹੁਣ ਤਾਂ ਸਪੈਸ਼ਲਾਈਜੇਸ਼ਨ ਦਾ ਯੁੱਗ ਆ ਜਾਣੀ ਇਹ ਪੰਜਾਬੀ ਜਿਹਨੂੰ ਆਉਂਦੀ ਉਹਨੂੰ ਪੰਜਾਬੀ ਆਉਂਦੀ ਆ ਉਹਨੂੰ ਫਾਰਸੀ ਨਹੀਂ ਮਤਲਬ ਉਸ ਪੱਧਰ ਦੀ ਆਉਂਦੀ ਉਹਨਾਂ ਦੇ ਉਹ ਮਤਲਬ ਬੜਾ ਭੰਡਾਰ ਸੀ ਮੈਂ ਆਪਣੇ ਹਾਲਾਤ ਦੇ ਕਰਕੇ ਪਾਰਟ 1 ਦਾ ਇੰਨੇ ਦਾ ਮੈਂ ਤੁਹਾਨੂੰ ਦੇ ਨਹੀਂ ਸਕਿਆ ਪੂਰਾ ਨਹੀਂ ਹੋ ਸਕਿਆ ਹਾਰ ਕੇ ਮੈਂ BT ਦੇ ਵਿੱਚ ਦਾਖਲ ਹੋ ਗਿਆ ਪਰ ਮਨ ਮੇਰਾ ਐੱਮ ਏ ਪੰਜਾਬੀ ਵਿੱਚ ਸੀ ਇੱਕ ਦਿਨ ਮੈਂ ਕੋਈ ਕਿਤਾਬ ਲੈਣ ਗਿਆ ਲੁਧਿਆਣੇ ਅਤੇ ਫਿਰਦਾ ਤੁਰਦਾ ਕਾਲਜ ਵਿੱਚ ਚਲਾ ਗਿਆ ਕਾਲਜ ਵਿੱਚ ਪ੍ਰੋਫੈਸਰ ਬਲਵੰਤ ਸਿੰਘ ਮੈਨੂੰ ਮਿਲੇ ਮੈਨੂੰ ਕਹਿੰਦੇ ਵੀ ਤੂੰ MA ਪਾਰਟ 1 ਦਾ ਇਮਤਿਹਾਨ ਕਾਹਦੇ ਨਹੀਂ ਦਿੱਤਾ ਮੇਰੇ ਮਿਹਰਬਾਨ ਸੀ ਉਹ ਬਹੁਤ ਮੈਂ ਕਿਹਾ ਜੀ ਮੇਰੇ ਲੈਕਚਰ ਪੂਰੇ ਨਹੀਂ ਸੀ ਉਹਨਾਂ ਦੀ ਮੁਹੱਬਤ ਦੇਖੋ ਮੇਰੇ ਪ੍ਰਤੀ ਉਹ ਕਹਿੰਦੇ ਤੈਂ ਦੱਸਣਾ ਸੀ ਤੇਰੇ ਲੈਕਚਰ ਪੂਰੇ ਸੀਗੇ ਕਿ ਲੈਕਚਰ ਮਤਲਬ ਹਾਜ਼ਰੀਆਂ ਨਹੀਂ ਸੀ ਪੂਰੀਆਂ ਅਤੇ ਤੈਂ ਦੱਸਣਾ ਸੀ ਤੇਰੇ ਲੈਕਚਰ ਪੂਰੇ ਆ ਕਿ ਨਹੀਂ ਕਿ ਮੈਂ ਦੱਸਣਾ ਸੀ ਮੈਨੂੰ ਕਹਿੰਦੇ ਵੀ ਆਰਾਮ ਨਾਲ ਕੱਲ੍ਹ ਨੂੰ ਤੂੰ ਫਾਰਮ ਲਿਆ ਐਡਮਿਸ਼ਨ ਫਾਰਮ ਭਰ ਉਹਨਾਂ ਦੇ ਨਾਲ 'ਚ ਲੇਟ ਕਾਲਜ ਸਟੂਡੈਂਟ ਦੇ ਤੌਰ 'ਤੇ ਬੰਦਾ ਪ੍ਰਾਈਵੇਟ ਵੀ ਦਾਖਲਾ ਭੇਜ ਸਕਦਾ ਸੀ ਲੇਟ ਕਾਲਜ ਸਟੂਡੈਂਟ ਉਹ ਹੁੰਦਾ ਸੀ ਜਿਹੜਾ ਜਾਂ ਤਾਂ ਫੇਲ ਹੋ ਗਿਆ ਹੋਵੇ
ਜਾਂ ਜਿਹਨੇ ਐੱਮ ਏ ਪਾਰਟ 1 ਜਾਂ ਕਿਸੇ ਵੀ ਜਮਾਤ ਦੇ ਵਿੱਚ ਲੈਕਚਰ ਪੂਰੇ ਕੀਤੇ ਹੋਣ, ਉਹ ਲੇਟ ਕਾਲਜ ਸਟੂਡੈਂਟ ਦੇ ਤੌਰ 'ਤੇ ਪ੍ਰਾਈਵੇਟ ਦਾਖਲ ਹੋ ਸਕਦਾ ਸੀ। ਅਤੇ ਮੈਂ ਦੂਏ ਦਿਨ ਫਾਰਮ ਭਰਿਆ, ਉਹਨਾਂ ਨੇ ਆਪਣੀ ਮਤਲਬ ਮੋਹਰ ਲਾਈ, ਅਤੇ ਮਤਲਬ ਮੈਂ ਸਮਝ ਲਓ ਕਿ ਉਸ ਵੇਲੇ ਦਾਖਲ ਮੈਂ ਸੀਗਾ BT 'ਚ, ਬੈਚਲਰ ਆਫ ਟੀਚਿੰਗ 'ਚ, ਅਤੇ ਐੱਮ ਏ ਦਾ ਮੈਂ ਦਾਖਲਾ ਭੇਜਤਾ, ਕਿਤਾਬਾਂ ਮੇਰੇ ਕੋਲ ਸੀਗੀਆਂ ਹੀ। ਤਾਂ ਇੱਦਾਂ ਸਮਝ ਲਓ ਤੁਸੀਂ ਵੀ ਮੇਰੀ ਟੁੱਟੀ ਜਿੱਦਾਂ ਪ੍ਰੋਫੈਸਰ ਬਲਵੰਤ ਸੋਨੀ ਗੰਢ ਦਿੱਤੀ ਹੁੰਦੀ ਆ। ਮੈਂ ਉਹਨਾਂ ਦਿਨਾਂ ਦੇ ਵਿੱਚ ਨਾ ਉਸ ਸਾਲ 'ਚ 2 ਵਾਰ ਇਮਤਿਹਾਨ ਹੁੰਦੇ ਸੀ, ਮੈਂ BT ਦੇ ਲੈਕਚਰ ਪੂਰੇ ਕੀਤੇ। ਇਮਤਿਹਾਨ ਰੈਗੂਲਰ ਜਿਸ ਵੇਲੇ ਆਇਆ ਤਾਂ ਐੱਮ ਏ ਪਾਰਟ 1 ਦਾ ਦਿੱਤਾ, BT ਦਾ ਸਤੰਬਰ 'ਚ ਦਿੱਤਾ ਇੱਕ ਸਾਲ 'ਚ, ਜਾਣੀ ਜਿਹੜਾ ਮੇਰਾ ਖਰਾਬ ਹੋਇਆ ਸੀ ਮੈਂ ਇੱਕ ਸਾਲ 'ਚ 2 ਕੀਤੇ। ਤਾਂ ਕੁਦਰਤੀ ਐੱਮ ਏ ਪਾਰਟ 1 'ਚੋਂ ਮੇਰੀ ਪੰਜਾਬ 'ਚੋਂ 3ਜੀ ਪੋਜੀਸ਼ਨ ਸੀ ਪ੍ਰਾਈਵੇਟ ਤੌਰ 'ਤੇ ਵੀ, ਪਰ ਮੇਰਾ ਰਿਜ਼ਲਟ ਸੀਗਾ ਲੇਟਰ, ਇਸ ਕਰਕੇ ਲੇਟਰ ਰਿਜ਼ਲਟ ਦੇ ਵਿੱਚੋਂ ਪਤਾ ਨਹੀਂ ਕੀ ਨਿਕਲਣਾ ਹੋਣਾ। ਮੈਨੂੰ ਇੱਦਾਂ ਲੱਗੇ ਵੀ ਜੇ ਨੰਬਰ ਥੋੜ੍ਹੇ ਆ ਗਏ, ਮੈਂ ਪ੍ਰੋਫੈਸਰ ਗੁਰਬੰਤ ਸਿੰਘ ਦੇ ਕੋਲ ਕੀ ਮੂੰਹ ਦਿਖਾਊਂਗਾ ਜਾ ਕੇ। ਮੈਂ ਖਾਲਸਾ ਕਾਲਜ 'ਚ ਦਾਖਲ ਹੋ ਗਿਆ, ਜਦ ਮੇਰਾ ਰਿਜ਼ਲਟ ਆਇਆ ਅਤੇ ਮੇਰੇ ਨੰਬਰ ਵੀ ਚੰਗੇ ਤਾਂ ਮੇਰੀ ਪੋਜੀਸ਼ਨ 3ਜੀ, ਅਤੇ ਗੌਰਮੈਂਟ ਕਾਲਜ ਜਿਹਦੇ ਵਿੱਚ ਮੈਂ ਦਾਖਲ ਹੋਣਾ ਸੀ ਉਹਦੇ ਵਿੱਚ ਸਭ ਤੋਂ ਪਹਿਲੀ। ਮੈਂ ਜਿਸ ਵੇਲੇ ਮਾਈਗ੍ਰੇਸ਼ਨ ਕਰਾਉਣ ਲਈ ਗਿਆ ਅਤੇ ਪ੍ਰੋਫੈਸਰ ਸਾਹਿਬ ਨੇ ਮੈਨੂੰ ਘੂਰ ਕੇ ਕਿਹਾ ਪਹਿਲਾਂ ਕਿਉਂ ਉੱਥੇ ਦਾਖਲ ਹੋ ਗਿਆ ਸੀ। ਮੈਂ ਕਿਹਾ ਜੀ ਪਹਿਲਾਂ ਮੇਰਾ ਰਿਜ਼ਲਟ ਲੇਟਰ ਸੀ ਜੀ, ਮੇਰੇ ਨੰਬਰ ਨਹੀਂ ਸੀ, ਮੈਨੂੰ ਪਤਾ ਵੀ ਕਿੰਨੇ ਹੋਣੇ ਆ। ਖੈਰ ਉਹਨਾਂ ਨੂੰ ਬੜੇ ਪਿਆਰ ਨਾਲ ਜੋ ਕੁਛ ਮੈਨੂੰ ਖਾਲਸਾ ਕਾਲਜ ਵਾਲਿਆਂ ਨੇ ਦਿੱਤੇ ਸੀ ਨਾ ਕਨਸੈਸ਼ਨ ਜੇ ਦੇ ਕੇ, ਲਓ ਮੈਂ ਸੰਖੇਪ ਗੱਲ ਕਰਦਾ, ਮੈਂ ਐੱਮ ਏ ਪਾਰਟ 2 ਨੂੰ ਰਲਾ ਕੇ ਮੈਂ ਪੰਜਾਬ 'ਚ ਫਸਟ ਆ ਗਿਆ। ਉਹ ਦਿਨ ਮੇਰੇ ਲਈ ਵੀ ਅਤੇ ਮੇਰੇ ਉਸਤਾਦ ਲਈ ਵੀ ਉਹ ਪਲ ਬਹੁਤ ਖੁਸ਼ੀ ਦਾ ਸੀ। ਮੈਂ ਮਤਲਬ ਜਿਸ ਵੇਲੇ ਉਸ ਦਿਨ ਮੈਂ ਗਿਆ ਕਾਲਜ, ਪ੍ਰੋਫੈਸਰ ਗੁਰਬੰਤ ਸਿੰਘ ਉਹਨਾਂ ਦੀ ਆਪਣੀ ਨਾ ਇੱਕ ਟਿਕਵੀਂ ਚਾਲ ਹੁੰਦੀ ਸੀ, ਉਦੋਂ ਬਾਅਦ ਮੈਂ ਤੇਜ਼ ਤੁਰਦੇ ਨਹੀਂ ਉਹ ਕਦੇ ਦੇਖੇ, ਜਿੱਦਾਂ ਵਿਦਵਾਨ ਆਦਮੀ ਹੁੰਦਾ ਨਾ, ਅੱਖਾਂ ਦੀਆਂ ਚਿਮਣੀਆਂ ਦੇ ਬਾਲ ਉਹਨਾਂ ਦੇ ਪੜ੍ਹ ਪੜ੍ਹ ਕੇ ਚੜ੍ਹੇ ਸੀਗੇ। ਉਦੋਂ ਉਹ ਆਪਣੇ ਸਹਿਯੋਗੀਆਂ ਦੇ ਨਾਲ ਬੈਠੇ ਗੌਰਮੈਂਟ ਕਾਲਜ ਦੀ ਗਰਾਊਂਡ ਦੇ ਵਿੱਚ ਧੁੱਪੇ ਸੀਗੇ, ਅਤੇ ਜਿਸ ਵੇਲੇ ਮੇਰੇ 'ਤੇ ਨਿਗਾਹ ਪਾਈ ਨਾ ਨੱਠੇ ਆਏ ਮੇਰੇ ਵੱਲ, ਮੈਨੂੰ ਪਤਾ ਨਹੀਂ ਸੀ। ਮੈਂ ਕਿਹਾ ਪ੍ਰੋਫੈਸਰ ਸਾਹਿਬ ਵਾਲੇ ਇੰਨੀ ਤੇਜ਼ ਕਾਹਤੇ ਆਉਂਦੇ ਆ। ਉਹਨਾਂ ਮੈਨੂੰ ਕਲਾਵੇ 'ਚ ਲੈ ਕੇ ਕਿਹਾ, ਜਿਸ ਵੇਲੇ ਮੈਨੂੰ ਕੰਗਰੈਚੁਲੇਸ਼ਨ ਦਿੱਤੀਆਂ, ਮੈਨੂੰ ਮਤਲਬ ਨਾ ਸਮਝ ਆਵੇ, ਉਹਨਾਂ ਨੇ ਮੈਨੂੰ ਦੱਸਿਆ ਕਿ ਆਪ ਪੰਜਾਬ ਨੇ ਫਸਟ ਆਏ ਹੋ। ਮੇਰੇ ਲਈ ਉਹ ਬਹੁਤ ਉਹ ਛਿੜਨਾ ਮੇਰੀ ਜ਼ਿੰਦਗੀ ਦਾ ਬਦਲਵਾਂ ਸੀ, ਕਿਉਂਕਿ ਉਹ ਤੋਂ ਮਗਰੋਂ ਮੈਨੂੰ ਕਦੇ ਮੈਂ ਨੌਕਰੀ ਬਹੁਤ ਥਾਂ ਕੀਤੀ। ਹੁਣ ਮੈਂ ਜੇ ਤੁਹਾਨੂੰ ਦੱਸਾਂ ਵੀ ਮੈਂ ਪਹਿਲੀ ਨੌਕਰੀ ਮੈਨੂੰ ਮੇਰੇ ਕਾਲਜ ਦੀ ਵਿੱਚ ਹਮ ਜਮਾਤਰ ਨੇ ਦੱਸੇ ਕਿ ਮੇਰਾ ਭਰਾ DM ਟ੍ਰੇਨਿੰਗ ਕਾਲਜ ਮੋਗੇ ਤੋਂ ਜਗਰਾਮੀ ਆ ਰਿਹਾ, ਅਤੇ ਉੱਥੇ ਪੰਜਾਬੀ ਦੀ ਪੋਸਟ ਖਾਲੀ ਆ, ਅਤੇ ਉਹ ਟ੍ਰੇਨਿੰਗ ਕਾਲਜ ਸੀ, ਅਤੇ BT ਦੀ ਵੀ ਕੁਆਲੀਫਿਕੇਸ਼ਨ ਚਾਹੀਦੀ ਸੀ, ਹਰਜੀਤ ਸੋਢੀ ਸੀ ਉਸ ਕੁੜੀ ਦਾ ਨਾਮ, ਉਹਨੂੰ ਪਤਾ ਸੀ ਵੀ ਮੈਂ BT ਵੀ ਕੀਤੀ ਵਾ। ਲਓ ਜੀ ਮੈਂ ਦੂਜੇ ਦਿਨ ਬਗੈਰ ਐਪਲੀਕੇਸ਼ਨ 'ਤੇ ਉੱਥੇ ਗਿਆ, ਮੈਨੂੰ ਉੱਥੇ ਮਤਲਬ ਨੌਕਰੀ ਮਿਲ ਗਈ। ਫਿਰ ਹੁਣ ਮੈਂ ਸੰਖੇਪ ਗੱਲ ਕਰਾਂ, ਉਦੋਂ ਬਾਅਦ ਮੈਂ ਰਾਮਗੜੀਆ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਸੀਨੀਅਰ ਲੈਕਚਰਰ ਦੇ ਤੌਰ 'ਤੇ ਕੰਮ ਕੀਤਾ। ਜਿੱਦਾਂ ਮੈਂ ਤੁਹਾਨੂੰ ਦੱਸਿਆ 1.5-2 ਸਾਲ ਮੈਂ ਇੰਗਲੈਂਡ ਗਿਆ, ਮੁੜ ਕੇ ਆਇਆ, ਇੱਕ ਅਖਬਾਰ ਵਿੱਚ ਪੱਤਰਕਾਰੀ ਕੀਤੀ, DAV ਕਾਲਜ ਜਲੰਧਰ, ਪੰਜਾਬ ਯੂਨੀਵਰਸਿਟੀ ਈਵਨਿੰਗ ਕਾਲਜ ਜਲੰਧਰ, ਅਤੇ ਫਿਰ ਅਖੀਰ ਦੇ ਵਿੱਚ ਜਾ ਕੇ ਮੈਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿੱਚ 21 ਵਰੇ ਕੰਮ ਕੀਤਾ। ਇਹ ਸਮਝ ਲਓ ਵੀ ਮੇਰੀ ਨੌਕਰੀ ਦੀ ਸੰਖੇਪ ਕਹਾਣੀ ਹੈ।